नवांशहर विखे गन्ना मिल विच लगे पावर प्लांट चो निकलदी राख तो शहर वासी पिछले काफ़ी समय तो परेशान हैं, जिस दे चलदियां शहर वासियां वल्लों तेज़ वधदे मीह विच वी पावर प्लांट का घेराव किया गया। इस दौरान पहला गुरद्वारा मंजी साहिब विखे शहर वासियां का वड्डा इकट्ठ किया गया, जिथों की मुजाहरा करते हुए शहर वासी पावर प्लांट वल रवाना हुए। रास्ते विच वड्डी गिनती च तैनात पुलिस वल्लों बैरीगेड लगा के मुजाहराकारियां नूं प्लांट अगे पहुंचण तों रोकण दी कोशिश की गई, पर राख तों दुखी शहर वासी मीह बैरीगेड्स की परवाह न करते हुए पुलिस दीयां रोकां नूं तोड़दे हुए धरना स्थान ते पहुंचे अते मीह विच ही धरना लगा दिता। इस दौरान वक्ख-वक्ख बुलारियां ने प्रशासन नूं चेतावनी दिंदे हुए कहा कि जेकर प्लांट चों निकलदी राख दा पक्का हल ना कीता गया तां उहनां वल्लों इत्थे पक्का मोर्चा लगाया जाएगा। ਕਰਦੇ ਆ ਸਰਕਾਰ ਨੂੰ ਦੇ ਕੰਨਾਂ ਤੱਕ ਵੀ ਪਹੁੰਚਾਉਣੀ ਚਾਹੁੰਦੇ ਆ ਗੱਲ ਕਿ ਤੁਸੀਂ ਇਹ ਜਿਹੜੇ ਲੋਕਾਂ ਦੇ ਖਿਲਾਫ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਇੰਡਸਟਰੀ ਆ ਉਹਨਾਂ ਨੂੰ ਨੋਰਮਸ ਦੇ ਮੁਤਾਬਕ ਚਲਾਓ। ਅਸੀਂ ਇੰਡਸਟਰੀ ਦੇ ਖਿਲਾਫ ਨਹੀਂ, ਅਸੀਂ ਚਾਹੁੰਦੇ ਹਾਂ ਕਿ ਇੰਡਸਟਰੀ ਲੱਗੇ ਅਤੇ ਲੋਕਾਂ ਨੂੰ ਰੁਜ਼ਗਾਰ ਮਿਲੇ, ਪਰ ਲੋਕਾਂ ਨੂੰ ਰੁਜ਼ਗਾਰ ਦੇ ਨਾਲ ਲੋਕਾਂ ਦੀ ਸਿਹਤ ਦਾ ਵੀ ਖਿਆਲ ਰੱਖਿਆ ਜਾਵੇ। ਜਦੋਂ ਤੁਸੀਂ ਜੀਰੇ ਵਰਗੀ ਫੈਕਟਰੀ ਜਿਹੜੀ ਬੰਦ ਕਰ ਸਕਦੇ ਆ, ਜਿਹੜਾ ਬਿਜਲੀ ਦਾ ਜਿਹੜਾ ਚੱਲ ਰਿਹਾ ਪਲਾਂਟ ਆ, ਇਹ ਤਾਂ ਲੋਕਾਂ ਨੂੰ ਇਹਦਾ ਫਾਇਦਾ ਵੀ ਕੋਈ ਨਹੀਂ, ਕਿਉਂਕਿ ਸਿਆਲਾਂ ਦੇ ਦਿਨਾਂ ਵਿੱਚ ਚੱਲਦਾ, ਜਦੋਂ ਇਹ ਮਿਲ ਚੱਲਦੀ ਆ ਉਦੋਂ ਤੱਕ ਚੱਲਦਾ ਅਤੇ ਬਾਅਦ ਵਿੱਚ ਬੰਦ ਹੋ ਜਾਂਦਾ। ਸਿਆਲਾਂ ਨੂੰ ਵੈਸੇ ਬਿਜਲੀ ਦੀ ਲੋੜ ਜਿਹੜੀ ਬਹੁਤ ਘੱਟ ਹੁੰਦੀ ਆ, ਇਸ ਕਰਕੇ ਅਸੀਂ ਫਿਰ ਤੁਹਾਡੇ ਰਾਹੀਂ, ਤੁਹਾਡੇ ਮਾਧਿਅਮ ਰਾਹੀਂ, ਤੁਹਾਡੀ ਆਵਾਜ਼ ਜਿਹੜੀ ਆ ਤੁਹਾਡੇ ਚੈਨਲ ਦੇ ਰਾਹੀਂ ਸਾਰੀ ਦੁਨੀਆ ਦੇ ਵਿੱਚ ਪਹੁੰਚਦੀ ਆ, ਸਾਰੇ ਪੰਜਾਬ ਦੇ ਵਿੱਚ ਪਹੁੰਚਦੀ ਆ ਅਤੇ ਸਾਰੇ ਇਲਾਕੇ ਦੇ ਵਿੱਚ ਪਹੁੰਚਦੀ ਆ, ਅਤੇ ਆਵਾਜ਼ ਪਹੁੰਚਾਉਣੀ ਚਾਹੁੰਦੇ ਹਾਂ ਕਿ ਜੇ ਮਸਲਾ ਨਾ ਹੱਲ ਹੋਇਆ ਤੇ ਇੱਕ ਵੱਡੇ ਪੱਧਰ ਤੇ ਫਿਰ ਹੋਰ ਇੱਕ ਸੰਘਰਸ਼ ਜਿਹੜਾ ਲੀਕਾ ਜਾਣਾ, ਜਿਵੇਂ ਜੀਰੇ ਦੀ ਫੈਕਟਰੀ ਬੰਦ ਹੋਈ ਆ, ਤੇ ਮੈਨੂੰ ਲੱਗਦਾ ਫਿਰ ਉਸੇ ਤਰੀਕੇ ਨਾਲ ਫੈਕਟਰੀ ਜਿਹੜੀ ਆ ਇਹ ਜਨਰੇਸ਼ਨ ਜਿਹੜਾ ਆ ਬੰਦ ਕਰਾਉਣਾ ਪੈਣਾ, ਜਿਹੜਾ ਬਿਜਲੀ ਦਾ ਕੋ ਜਨਰੇਸ਼ਨ ਆ ਇਹ ਬੰਦ ਕਰਾਉਣਾ ਪੈਣਾ। ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਪਹੁੰਚਾਉਣਾ ਚਾਹੁੰਦਾ ਇਹ ਸਾਰੇ ਸਮਾਜ ਦੇ ਵਿੱਚ ਇਹ ਗੱਲ। ਜੇ ਪ੍ਰਦੂਸ਼ਣ ਫੈਲਾਉਣ ਵਾਲੀ ਇੰਡਸਟਰੀ ਪ੍ਰਦੂਸ਼ਣ ਨਹੀਂ ਹਟਾਉਂਦੀ, ਉਹਦੇ ਉੱਤੇ ਕਾਰਵਾਈ ਕਰੇ। ਅਸੀਂ 31 ਤਰੀਕ ਨੂੰ, 31 ਦਸੰਬਰ ਨੂੰ ਸ਼ਹਿਰ ਵਾਸੀਆਂ ਨੇ ਇੱਕ ਮੀਟਿੰਗ ਸੱਦੀ ਸੀ ਵੱਡੀ ਗੁਰਦੁਆਰਾ ਮੰਜੀ ਸਾਹਿਬ ਵਿਖੇ, ਉਹਦੇ ਵਿੱਚ ਇਸ ਇਸ਼ੂ ਨੂੰ ਲੈ ਕੇ ਲੋਕ ਸੰਘਰਸ਼ ਮੰਚ ਨਵਾਂ ਸ਼ਹਿਰ ਬਣਾਇਆ ਗਿਆ, ਜਿਹਨੇ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ। ਪਹਿਲਾਂ 9 ਜਨਵਰੀ ਨੂੰ 2 ਘੰਟੇ ਦਾ ਬੰਦ ਕੀਤਾ ਗਿਆ ਦੁਕਾਨਦਾਰਾਂ ਵੱਲੋਂ ਹਮੈਦ ਦੇ ਵਿੱਚ, ਔਰ ਗੁਜ਼ਾਰਾ ਕੱਢਿਆ ਗਿਆ ਸ਼ਹਿਰ ਦੇ ਵਿੱਚ। ਡੀਸੀ ਨੇ ਲੋਕਾਂ ਦਾ ਸਾਥ ਤਾਂ ਕੀ ਦੇਣਾ ਸੀ, 7 ਤਰੀਕ ਨੂੰ ਧਾਰਾ 144 ਦਾ ਐਲਾਨ ਕਰ ਦਿੱਤਾ ਕਿ ਨਾ 5 ਬੰਦੇ ਜਾਂ 5 ਤੋਂ ਵੱਧ ਇਕੱਠੇ ਨਹੀਂ ਹੋ ਸਕਦੇ, ਮੁਜ਼ਾਹਰੇ ਨਹੀਂ ਹੋ ਸਕਦੇ, ਮੀਟਿੰਗਾਂ ਨਹੀਂ ਹੋ ਸਕਦੀਆਂ, ਰੈਲੀਆਂ ਨਹੀਂ ਹੋ ਸਕਦੀਆਂ। ਉਹਦਾ ਸਾਫ਼ ਮਤਲਬ ਸੀ ਕਿ ਲੋਕਾਂ ਨੂੰ ਡਰਾਇਆ ਗਿਆ ਤਾਂ ਕਿ ਲੋਕ ਮੁਜ਼ਾਹਰੇ ਵਿੱਚ ਸ਼ਾਮਲ ਨਾ ਹੋਣ, ਪਰ ਲੋਕਾਂ ਨੇ ਇਹਨਾਂ ਗੱਲਾਂ ਦੀ ਪ੍ਰਵਾਹ ਨਾ ਕਰਦੇ ਹੋਏ ਅਜਿਹੀਆਂ ਪਾਬੰਦੀਆਂ ਨੂੰ ਤੋੜਦੇ ਹੋਏ ਮੁਜ਼ਾਹਰਾ ਕੀਤਾ ਔਰ ਬੰਦ ਵੀ ਹੋਇਆ। ਸੋ ਅੱਜ ਦੇ ਇਸ ਘਰਾਹ ਦੇ ਵਿੱਚ ਔਰਤਾਂ ਵੀ ਸ਼ਾਮਿਲ ਆ, ਨੌਜਵਾਨ ਵੀ ਸ਼ਾਮਿਲ ਆ, ਬੰਦੇ ਵੀ ਸ਼ਾਮਿਲ ਆ, ਔਰ ਹਰ ਵਰਗ ਸ਼ਾਮਿਲ ਆ, ਦੁਕਾਨਦਾਰ ਵੀ, ਮਜ਼ਦੂਰ ਵੀ, ਬਿਰਧ ਬੰਦੇ ਵੀ, ਹਰ ਵਰਗ ਸ਼ਾਮਿਲ ਆ, ਹਰ ਜਾਤੀ ਸ਼ਾਮਿਲ ਆ, ਹਰ ਧਰਮ ਸ਼ਾਮਿਲ ਆ। ਇਹ ਦੂਜਾ ਮੌਕਾ ਆ ਜਦੋਂ ਨਵੇਂ ਸ਼ਹਿਰ ਦੇ ਲੋਕ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ, ਸਾਰੀਆਂ ਜਾਤਾਂ ਤੋਂ ਉੱਪਰ ਉੱਠ ਕੇ, ਇਲਾਕਿਆਂ ਤੋਂ ਉੱਪਰ ਉੱਠ ਕੇ ਇਕੱਠੇ ਹੋਏ ਆ।